ਇਹ ਜੇ ਦੋਸ਼ੀ ਨੂੰ ਮੌਕੇ ਤੇ ਮਾਰ ਦੇਣਾ ਚਾਹੀਦਾ ਹੈ। बीते दिनी सिंगू बार्डर ते हुई घटना सब ने देखी, सब ने इस मामले ते अपने अपने मत रखे ने। खैर ये सुभाविक है कि हर किसी के विचार आपो अपने हुंदे ने, पर ये सब विचारे एक बड़ा तबका लखबीर सिंह दे कतल नू सही ठहरा रहा है। उधर इस मामले विच ज्ञानी रघबीर सिंह दा पुराना बयान भी इस कतल नू सही दसदा है। ज्ञानी रघबीर सिंह ने यह बयान श्री आनंदपुर साहब विखे बीते दिन हुई बेअदबी दौरान दिता सी। उन्होंने कहा सी कि अजिहे व्यक्तियों नू मौके ते ही मौत दे घाट उतार देना चाहिए। मैं मेरा एक निजी विचार है, मैं तो कहना कि गुर के निंदा सुने न कान, भेट करे ते संग किरपान, यह जे दोषी नू मौके ते मार देना चाहिए, क्योंकि सरकारां कोलों जां कानून कोलों सानू कोई बहुती आस उम्मीद लगती नहीं है कि वह कुछ करनगे या घटनावां जिहड़ियां ने घटणगियां। और वधिया विधानता यही है कि मौके ते ही ਇਹ ਜਿਹੜਾ ਜਿਹੜਾ ਜੇ ਕੋਈ ਨਾ ਸਰਕਾਰਾਂ ਕਰਨਗੀਆਂ ਫਿਰ ਸਾਨੂੰ ਐਸੇ ਫੈਸਲੇ ਲੈਣ ਵਾਸਤੇ ਮਜਬੂਰ ਹੋਣਾ ਪਊਗਾ। ਅਸਲ ਵਿੱਚ ਗਿਆਨੀ ਰਘਬੀਰ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ, ਜਿੱਥੇ ਉਹਨਾਂ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਸਜ਼ਾਏ ਮੌਤ ਕਾਨੂੰਨ ਵੱਲੋਂ ਹੀ ਮਿਲਣੀ ਚਾਹੀਦੀ ਹੈ। ਪਰ ਕਾਨੂੰਨ ਦੀ ਇਹ ਵੱਡੀ ਢਿੱਲ ਹੈ ਕਿ ਅਜਿਹੇ ਵਿਅਕਤੀ 2-3 ਮਹੀਨਿਆਂ ਵਿੱਚ ਹੀ ਬਾਹਰ ਆ ਜਾਂਦੇ ਨੇ। ਉਹਨਾਂ ਕਿਹਾ ਹੈ ਕਿ ਜਦੋਂ ਕਾਨੂੰਨ ਅਜਿਹੇ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਵਿੱਚ ਅਸਮਰੱਥ ਹੈ ਤਾਂ ਅਜਿਹੇ ਵਿਅਕਤੀਆਂ ਨੂੰ ਖੁਦ ਹੀ ਮੌਕੇ 'ਤੇ ਮਾਰ ਦੇਣਾ ਚਾਹੀਦਾ ਹੈ। ਦੇਖੋ ਸਜ਼ਾ ਤਾਂ ਇਹਨਾਂ ਨੂੰ ਮੌਤ ਦੀ ਹੋਣੀ ਚਾਹੀਦੀ ਹੈ, ਜਿਹੜੇ ਇਹੋ ਜਿਹੇ ਦੋਸ਼ੀ ਹੋਣ ਉਹਨਾਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ। ਪਰ ਸਾਡੇ ਸਿਸਟਮ ਦੀ ਇੱਕ ਬੜੀ ਵੱਡੀ ਢਿੱਲ ਹੈ, ਕਾਨੂੰਨ ਦੀ ਬੜੀ ਵੱਡੀ ਇੱਕ ਢਿੱਲ ਹੈ ਕਿ ਇੱਕ ਜਿਹੜਾ ਸਰਬ ਸਾਂਝੀ ਵਾਲਤਾ ਦਾ ਰਹਿਬਰ ਹੈ, ਸਾਂਝਾ ਉਪਦੇਸ਼ ਦੇਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੀ ਥਾਂ ਥਾਂ 'ਤੇ ਜਿਹੜੀ ਹਾਨੀ ਕੀਤੀ ਜਾਂਦੀ ਹੈ, ਬੇਅਦਬੀ ਕੀਤੀ ਜਾਂਦੀ ਹੈ ਔਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ, ਇਹ ਬਹੁਤ ਹੀ ਜ਼ਿਆਦਾ ਮੰਦਭਾਗੀ ਔਰ ਨਿੰਦਣ ਵਾਲੀ ਘਟਨਾ ਹੈ। ਔਰ ਇਹ ਜੇ ਦੋਸ਼ੀਆਂ ਨੂੰ ਤੇ ਸਜ਼ਾਏ ਮੌਤ ਦਾ ਜਿਹੜਾ ਵਿਧਾਨ ਹੈ ਉਹ ਹੋਣਾ ਚਾਹੀਦਾ ਹੈ। ਤੁਸੀਂ ਇਹ ਗੱਲ ਕਹੀ ਹੈ ਵੀ ਪੁਲਿਸ ਵੀ ਕੁਛ ਨਹੀਂ ਕਰਦੀ, ਸਰਕਾਰ ਵੀ ਕੁਛ ਨਹੀਂ ਕਰਦੀ, ਇੱਕ ਕਮੇਟੀ ਕੋਈ ਕਾਰਵਾਈ ਕਿਤੋਂ ਕਰੇਗੀ? ਦੇਖੋ ਮੇਰਾ ਇੱਕ ਨਿੱਜੀ ਵਿਚਾਰ ਹੈ, ਮੈਂ ਤਾਂ ਕਹਿੰਦਾ ਕਿ ਗੁਰ ਕੇ ਨਿੰਦਾ ਸੁਣਿਆ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ, ਇਹ ਜੇ ਦੋਸ਼ੀ ਨੂੰ ਮੌਕੇ 'ਤੇ ਮਾਰ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰਾਂ ਕੋਲੋਂ ਜਾਂ ਕਾਨੂੰਨ ਕੋਲੋਂ ਸਾਨੂੰ ਕੋਈ ਬਹੁਤੀ ਆਸ ਉਮੀਦ ਲੱਗਦੀ ਨਹੀਂ ਹੈ ਕਿ ਉਹ ਕੁਛ ਕਰਨਗੇ ਜਾਂ ਇਹ ਘਟਨਾਵਾਂ ਜਿਹੜੀਆਂ ਨੇ ਘਟਣਗੀਆਂ। ਔਰ ਵਧੀਆ ਵਿਧਾਨਤਾ ਇਹੀ ਹੈ ਕਿ ਮੌਕੇ 'ਤੇ ਹੀ ਇਹੋ ਜਿਹਾ ਜਿਹੜਾ ਜੇ ਕੋਈ ਨਾ ਸਰਕਾਰਾਂ ਕਰਨਗੀਆਂ ਫਿਰ ਸਾਨੂੰ ਐਸੇ ਫੈਸਲੇ ਲੈਣ ਵਾਸਤੇ ਮਜਬੂਰ ਹੋਣਾ ਪਊਗਾ। दस दिए कि इन्हीं दिनी सिंगू बार्डर से हुए कतल मामले नू लैके वड्डा विवाद खड़ा हो रहा है। कई व्यक्ति इस कतल नू सही दस रहे ने, जबकि कई इस दे खिलाफ खड़े ने। अजिहे विच ज्ञानी रघबीर सिंह दा ए बयान अपने आप विच बहुत कुछ कहिंदा है। फिलहाल हुण इस वक्त जो सब तो वड्डा सवाल खड़ा हो रहा है वह यह है कि गिरफ्तार हुए निहंग सिंघां दी अदालतों विच पैरवाई कौन करेगा? की श्रोमणी कमेटी इन्हां सिंघां दा जिम्मा लवेगी या फिर यह बयान सिर्फ बयान तक ही सीमित सी? रूपनगर तो सज्जन सिंह सैनी, पंजाबी लोक चैनल।